ਮਾਸਟਰ ਕੈਡਰ ਦੀ ਹਰ ਇੱਕ ਅਪਡੇਟ ਨੂੰ ਜਾਣਨ ਲਈ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪੁੱਜ ਸਕੇ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਦੇਰ ਰਾਤ ਜੱਗਵਾਨੀ ਟੀਵੀ ਤੇ ਇੱਕ ਇੰਟਰਵਿਊ ਦੌਰਾਨ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਨੂੰ ਜਦੋਂ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕਿ ਨਵੀਂ ਭਰਤੀ ਮਾਸਟਰ ਕੈਡਰ ਦੀ ਕਦੋਂ ਤੱਕ ਆ ਰਹੀ ਹੈ ਤੇ ਕਿੰਨੀਆਂ ਪੋਸਟਾਂ ਜਿਹੜੀਆਂ ਪੰਜਾਬ ਦੇ ਵਿੱਚ ਖਾਲੀ ਨੇ ਉਨ੍ਹਾਂ ਵੱਲੋਂ ਲਗਭਗ 14 ਤੋਂ ਲੈ ਕੇ 22000 ਤੱਕ ਦੀ ਜੋ ਗਿਣਤੀ ਦੱਸੀ ਗਈ ਹੈ ਉਹਦੇ ਬਾਰੇ ਤੁਸੀਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਸੁਣੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਮੰਤਰੀ ਸਾਹਿਬ ਨੇ ਇੱਥੇ ਸਾਰੀ ਡਿਟੇਲ ਦੱਸੀ ਹੈ ਕਿ ਕਿੰਨੀਆਂ-ਕਿੰਨੀਆਂ ਪੋਸਟਾਂ ਅਸੀਂ ਕੱਢ ਰਹੇ ਹਾਂ ਤੇ ਕਿੰਨੀਆਂ ਪੋਸਟਾਂ ਜਿਹੜੀਆਂ ਉਹ ਖਾਲੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਆਪਾਂ ਤੁਹਾਡੇ ਤੱਕ ਜਿਹੜੀ ਸਮੇਂ ਸਿਰ ਲੈ ਕੇ ਆਉਂਦੇ ਰਹੀਏ ਤੁਸੀਂ ਇੰਟਰਵਿਊ ਦੇ ਵਿੱਚ ਸੁਣੋ ਸਾਰੀ ਡਿਟੇਲ ਕਿ ਮਾਸਟਰ ਕਲਾਸ ਦੀ ਭਰਤੀ ਕਦੋਂ ਤੱਕ ਆ ਰਹੀ ਹੈ ਕਦੋਂ ਤੱਕ ਜਿਹੜੀ ਭਰਤੀ ਉਹ ਆ ਜਾਣੀ ਹੈ ਤੇ ਕਿੰਨੀਆਂ ਇੱਕ ਪੋਸਟਾਂ ਦੀ ਜਿਹੜੀ ਗਿਣਤੀ ਹੋ ਸਕਦੀ ਹੈ ਜੇ ਟੀਚਰਾਂ ਦੀ ਸ਼ਾਰਟੇਜ ਹੈਗੀ 14000 ਟੀਚਰ ਦਾ ਡਾਟਾ ਵੀ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਚ ਘਾਟ ਹੈ ਜੈਟ ਇਜ਼ ਅ ਰੋਂਗ ਸਟੋਰੀ ਕਲਰਿਕਲ ਸਟਾਫ ਦੀ ਘਾਟ ਹੈ ਉਹ ਉਹ ਗਲਤ ਸਟੋਰੀ ਹੈ ਜੀ ਤੇ ਉਹ ਹੀ ਤਾਂ ਗੱਲ ਹੈ ਮੈਂ ਦੇਖਿਆ ਬੀਬਾ ਬਾਦਲ ਜੀ ਨੇ ਵੀ ਟਵੀਟ ਕੀਤਾ ਹਾਂ ਉਹ ਗਲਤ ਸਟੋਰੀ ਹੈ ਆ ਅੰਕੜੇ ਗਲਤ ਹੈ ਉਹ ਮੈਂ ਇਦਾਂ ਹੀ ਕੁਝ ਯੂਨੀਅਨਾਂ ਚੱਕ ਕੇ ਇਕੱਠਾ ਕਰਕੇ ਕਿਸੇ ਨੂੰ ਵੀ ਨਾ ਵੈਰੀਫਾਈ ਕਰਨਾ ਨਾ ਦੇਖਣਾ ਨਾ ਕੁਝ ਕਰਨਾ ਚੱਕ ਕੇ ਲਾ ਦਿਓ ਜੀ ਮੈਂ ਖੁਦ ਜੀ ਇਹ ਸਟੱਡੀ ਕੀਤੀ ਹੈ ਸਾਡੇ ਕੋਲ ਜਿਹੜੀ ਕੋਲ ਟੀਚਰਸ ਦੀ ਘਾਟ ਉਹ ਵੀ ਬਾਈ ਹਜ਼ਾਰ ਟੀਚਰਸ ਦੀ ਘਾਟ ਹੈ ਉਹਦੇ ਵਿੱਚ ਅਸੀਂ ਪ੍ਰਾਇਮਰੀ ਕਾਡਰ ਦੇ ਵਿੱਚ ਇਨਰਚ ਹੈ ਵਰਗਾ ਤੇ ਉਮੀਦ ਹੈ ਕਿ ਇਸੀ ਮਹੀਨੇ ਉਸ ਨੂੰ ਕਰ ਦੇ ਇੱਕ ਸਾਲ ਹੋਰ ਮੰਤਰੀ ਸਾਹਿਬ ਤੁਹਾਡੇ ਕੋਲ ਪੋਸਟਾਂ ਕਿੰਨੀਆਂ ਖਾਲੀ ਆ ਆਉਣ ਵਾਲੇ 4 ਸਾਲਾਂ ਵਿੱਚ ਤੁਸੀਂ ਕਿੰਨੀਆਂ ਕਿ ਭਰਤੀਆਂ ਕੱਢਣੀਆਂ ਨਾਲੇ ਕੋਰਸ ਸਬਲੀਮੈਂਟਰੀ ਸਵਾਲ ਵੀ ਆ ਵੀ ਜੇ ਤੁਸੀਂ ਟੀਚਰ ਰੱਖਣਾ ਹੀ ਨਹੀਂ ਫਿਰ ਬੀਐਡ ਬੰਦ ਕਿਉਂ ਨਹੀਂ ਕਰਵਾ ਦਿੰਦੇ ਕਿਉਂਕਿ ਬੰਦਾ ਜਿਹੜਾ ਸਕਿੱਲ ਬੇਸਡ ਡਿਗਰੀ ਕਰਦਾ ਨਾ ਜੀ ਉਹ ਤੁਹਾਡਾ ਫਿਰ ਮਾਫ ਕਰਿਓ ਉਹ ਤੁਹਾਡਾ ਗੈਸਟ ਬਣ ਕੇ ਬਹਿ ਜਾਂਦਾ ਵੀ ਲਓ ਜੀ ਮੈਨੂੰ ਰੱਖੋ ਮੈਂ ਤਾਂ ਬੀਐਡ ਕੀਤੀ ਹੈ ਤੇ ਇਹ ਸੋਢੀ ਸਾਹਿਬ ਤੁਹਾਡਾ ਸਵਾਲ ਠੀਕ ਹੈ ਇਹ ਸਵਾਲ ਦਾ ਮੈਂ ਇਹਦਾ ਕੁਛ ਨਾ ਕੁਛ ਮੈਂ ਇਹ ਵੀ ਸਮਝ ਮੈਂ ਟੈਕਨੀਕਲ ਐਜੂਕੇਸ਼ਨ ਵੀ ਮੇਰੇ ਕੋਲ ਹੈ ਹਾਂਜੀ ਆਈਟੀਐਸ ਵੀ ਇਹ ਹਾਲ ਹੈ ਇਹੀ ਹਾਲ ਹੈ ਜੀ ਕੋਈ ਬੀਟੈਕ ਕਰਕੇ ਮੈਂ ਜਦੋਂ ਹੁਣ ਇਸ ਵਾਰ ਵੀ ਕਿਹਾ ਕਿ ਦੇਖੋ ਤੁਸੀਂ ਜਦੋਂ ਕਿਸੇ ਬੰਦੇ ਨੂੰ ਤੁਸੀਂ ਖਾਸ ਕਰਕੇ ਡਿਪਲੋਮਾ ਡਿਪਲੋਮਾ ਕੋਰਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਉਹਨੂੰ ਸਕਿੱਲ ਦੇ ਰਹੇ ਹੋ ਆਈਟੀ ਦਾ ਮਤਲਬ ਹੈ ਕਿ ਤੁਸੀਂ ਸਕਿੱਲ ਦੇ ਰਹੇ ਹੋ ਬੀਹਾਂ ਤੂੰ ਆ ਫਿਟਰ ਬਣ ਜਾ ਤੈਨੂੰ ਆ ਨੌਕਰੀ ਡਿਮਾਗ ਮਿਲ ਜੂਗੀ ਮੈਂ ਕਹਿੰਦਾ ਤੁਸੀਂ ਉਹ ਨੌਕਰੀ ਨਹੀਂ ਦੇ ਪਾ ਰਹੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਪਰੇਸ਼ਾਨੀ ਖੜਾ ਕਰ ਰਹੇ ਹੋ ਤੁਸੀਂ ਬੇਰੋਜ਼ਗਾਰ ਫਾਇਦਾ ਕਰ ਰਹੇ ਆ ਫਾਇਦਾ ਕਰ ਰਹੇ ਆ ਆਪ ਆ ਫਾਇਦਾ ਕਰ ਰਹੇ ਆ ਫਾਇਦਾ ਕਰ ਰਹੇ ਤੁਸੀਂ ਤੁਹਾਡੀ ਆਈਟੀਆਈਸ ਤੁਹਾਡੇ ਇੰਸਟੀਟਿਊਟਸ ਦੇ ਆਰ ਬਿਕਮਿੰਗ ਅ ਫੈਕਟਰੀ ਜਿਸ ਫੈਕਟਰੀ ਚ ਬੇਰੋਜ਼ਗਾਰ ਬਣ ਕੇ ਬਾਹਰ ਨਿਕਲ ਜੀ ਬੀਏ ਵਾਲਾ ਤੇ ਬੀਟੈਕ ਵਾਲਾ ਚਾਹੀਦਾ ਹੀ ਨਹੀਂ ਫਿਰ ਉਹ ਕਰਵਾਈ ਕਿਉਂ ਜਾਣੀ ਜੀ ਦੋ ਦੋ ਪਹਿਲੂ ਨੇ ਜਿਹੜਾ ਤਾਂ ਸਿੱਖਿਆ ਵਿਭਾਗ ਮੈਂ ਵਾਲਾ ਉਹਦੇ ਵਿੱਚ ਸੇਮ ਮਾਨ ਸਾਹਿਬ ਦੇ ਇਨਸਟਰਕਸ਼ਨਸ ਆ ਜਿਵੇਂ ਆਪਾਂ ਪੰਜਾਬ ਪੁਲਿਸ ਕੀਤਾ ਕਿ ਪਤਾ ਹੈ ਕਿ ਹਰ ਸਾਲ ਇੰਨੇ ਮੁਲਾਜ਼ਮ ਰਿਟਾਇਰ ਹੋਣੇ ਆ ਇੰਨਿਆਂ ਦੀ ਆਪਾਂ ਲੋਡ ਪੈਣੀ ਆ ਇਹਨਾਂ ਦਾ ਪੇਪਰ ਜਿਹੜਾ ਐਡ ਇਸ ਤਰੀਕ ਨਿਕਲਿਆ ਕਰੂਗੀ ਐਗਜ਼ਾਮ ਵੀ ਕਾਉਂਸਲਿੰਗ ਇਹ ਦੋ ਹਿਆ ਕਰੂ ਐਦਾਂ ਹੀ ਅਸੀਂ ਅਗਲੇ ਡੇਢ ਦੋ ਮਹੀਨੇ ਚ ਜਾਰੀ ਕਰਾਂਗੇ ਕਿ ਹਰ ਸਾਲ ਪਹਿਲਾਂ ਤਾਂ ਇੰਨੀ ਸ਼ਾਰਟੇਜ ਆਫ ਟੀਚਰਸ ਹੈ ਉਸ ਵੇਲੇ ਹਰ ਸਾਲ ਦਿਸ ਇਜ਼ ਦਾ ਰਿਟਾਇਰਮੈਂਟ ਬਿਲਕੁਲ ਸਹੀ ਗੱਲ ਇੰਨੇ ਬੱਚੇ ਵਧਦੇ ਜਿਵੇਂ ਇਸਵਰੀ ਵਧੇ ਨੇ ਇੰਨੇ ਬੱਚੇ ਵਧਣ ਨਾਲ ਇੰਨੀਆਂ ਪੋਸਟਾਂ ਦੀ ਲੋੜ ਵੀ ਇੱਕ ਲੌਂਗ ਟਰਮ ਡਿਮਾਂਡ ਕ੍ਰੇਟ ਹੋ ਜੂਗੀ 10 ਸਾਲ ਦਾ ਪਲਾਨ ਕਿ ਅਗਲੇ 10 ਸਾਲ ਚ ਇੰਨੇ ਟੀਚਰਸ ਦੀ ਲੋੜ ਪੈਣੀ ਹੈ ਇੰਨੀਆਂ ਦੀ ਰਿਟਾਇਰਮੈਂਟ ਹੈ ਕਿ ਹਰ ਸਾਲ ਇੰਨੀ ਨਹੀਂ ਭਰਤੀ ਆਉਂਦੀ ਰਹੂਗੀ ਹੁਣ ਕੀ ਭਰਤੀਆਂ ਆਉਂਦੀਆਂ ਚਾਰ ਚਾਰ ਪੰਜ ਪੰਜ ਸਾਲ ਬਾਅਦ ਹੈ ਫੇਰ ਉਹਦੇ ਵਿੱਚ ਨੰਬਰ ਬਹੁਤ ਵੱਜ ਜਾਂਦਾ ਤੇ ਕੋਈ ਨਾ ਕੋਈ ਦਿੱਕਤ ਪੈ ਗਈ ਤਾਂ ਭਰਤੀ ਫਸ ਗਈ ਜੀ ਜੇ ਹਰ ਸਾਲ ਆਊਗੀ ਬਾਈ ਚਾਂਸ ਕਿਸੇ ਦੇ ਵਿੱਚ ਕੋਈ ਲੀਗਲ ਕਿਉਂ ਨਾ ਵੀ ਆ ਗਿਆ ਤਾਂ ਉਹ ਬੱਚਾ ਅਗਲੇ ਸਾਲ ਉਹਨੂੰ ਪਤਾ ਹੋ ਗਿਆ ਔਰ ਮੈਂ ਫੇਰ ਪੇਪਰ 'ਚ ਹੁਣ ਤਾਂ ਹੀ ਨੌਜਵਾਨਾ ਜਿੰਨਾ ਗੁੱਸਾ ਨੂੰ ਪਤਾ ਹੈ ਉਹਨੂੰ ਡਰ ਹੁੰਦਾ ਕਿ ਯਾਰ ਇਹ ਭਰਤੀ ਜੇ ਰਹਿ ਗਈ ਪਤਾ ਨਹੀਂ ਦੁਬਾਰਾ ਕਦੀ ਆਏ ਜਾਂ ਨਾ ਬਿਲਕੁਲ ਉਹ ਵੀ ਆਪਣੀ ਜਗ੍ਹਾ ਸੱਚੇ ਨਹੀਂ ਜੋ ਤੱਕ ਮੇਰੀ ਜਾਣਕਾਰੀ ਹੈ ਤੁਸੀਂ ਦੋ ਕਮਿਟਮੈਂਟਸ ਕੀਤੀਆਂ ਸੀ ਇੱਕ ਤਾਂ ਬਦਲੀ ਦਾ ਸਟੇ ਤੁਸੀਂ ਕਿਹਾ ਸੀ ਵੀ ਘੱਟੋ-ਘੱਟ ਇੱਕ ਸਾਲ ਰਹੇਗਾ ਦੂਸਰਾ ਸੀਗਾ ਪਰਮਿਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ ਤੇ ਸਾਲ ਕਰ ਦਿਓਗੇ ਮੇਰੇ ਖਿਆਲ ਦੋਨੋਂ ਨਹੀਂ ਤੁਹਾਨੂੰ ਇਹ ਦੋਨੋਂ ਤੁਹਾਨੂੰ ਕਮੈਂਟ ਆਏ ਨੇ ਜੀ ਇਹ ਦੋਨੋਂ ਗਲਤ ਹੈ ਦੋਨੋਂ ਗਲਤ ਹੈ ਦੇਖੋ ਕੁਝ ਚੀਜ਼ਾਂ ਸਾਨੂੰ ਟੀਚਰਸ ਨੂੰ ਵੀ ਸਮਝਣੀਆਂ ਪੈਣੀਆਂ ਇੱਕ ਤਾਂ ਜਦੋਂ ਤਾਂ ਨੌਕਰੀ ਲੈਣੀ ਆ ਉਦੋਂ ਜਿੱਥੇ ਮਰਜ਼ੀ ਰੱਖ ਦੋ ਤੇ ਜਦੋਂ ਨੌਕਰੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਜਦੀ ਬਤ ਦੇਖੋ ਅਸੀਂ ਤੁਹਾਨੂੰ ਲੈ ਰਹੇ ਹਾਂ ਕਿਉਂਕਿ ਸ਼ਾਰਟ ਹੈ ਪੰਜਾਬ ਟੇ ਜੀ ਮੈਂ ਹੁਣ ਇੱਕ ਸਕੂਲ ਚ ਗਿਆ ਸੀ ਜੀ ਤਰਨਤਾਰਨ ਦੇ ਬਿਲਕੁਲ ਬਾਰਡਰ ਦੇ ਸਕੂਲ ਹੈ ਐਂ ਜ਼ੀਰੋ ਜਿੱਥੇ ਯਾਨੀ ਬਿਲਕੁਲ ਤਾਰ ਲੱਗੀ ਹੈ ਸਾਹਮਣੇ ਪਾਕਿਸਤਾਨ ਵੀ ਦਿਸਦਾ ਖੇਮਕਰਨ ਦੇ ਵਿੱਚ ਮੈਂ ਪਿੰਡ ਦਾ ਨਾਮ ਭੁੱਲ ਰਿਹਾ ਤੇ ਸ਼ਾਇਦ ਰਾਜੋਕੇ ਹੈ ਤੇ ਉੱਥੇ ਮੁੰਡਾ ਜਿਹੜਾ ਪੜਾ ਰਿਹਾ ਸੀ ਸਿੰਗਲ ਟੀਚਰ ਆਇਆ ਨਵਾਂ ਟੀਚਰ ਆਇਆ ਚਾਰਟਪੇਨ ਟੀਚ ਜਿਹੜੀ ਨਵੀਂ ਭਰਤੀ ਹੋਈ 8-7 'ਚ ਉਸ ਦਿਨ ਮ ਆਕਾਸ਼ ਸਿੰਘ ਹੈ ਉਹ ਆਇਆ ਜੀ ਫਾਜ਼ਿਲਕਾ ਤੋਂ ਤੇ ਉਹ ਫਾਜ਼ਿਲਕਾ ਤੋਂ ਥਾ ਕੇ ਪੜਾ ਰਿਹਾ ਕਹਿੰਦਾ ਜੀ ਮੈਂ ਉੱਥੇ ਰਹਿੰਦਾ ਖੇਮਕਰਨ ਸ਼ਹਿਰ 'ਚ ਰਹਿੰਦਾ 15 ਕਿਲੋਮੀਟਰ ਦੂਰ ਹੈ ਤੂੰ ਪੂਰੇ ਸਕੂਲ ਹੁਣ ਉਹ ਸਕੂਲ ਦੇ ਵਿੱਚ ਮੈਂ ਅਸੀਂ ਦੋ ਨਵੇਂ ਕਮਰੇ ਬਹੁਤ ਸ਼ਾਨਦਾਰ ਬਣ ਜੂਗਾ ਅਗਲੇ 1.5-2 ਮਹੀਨੇ 'ਚ ਅੱਜ ਤੋਂ ਉਹਦੀ ਹਾਲਤ ਖਸਤੇ ਆ ਕੰਮ ਚੱਲ ਰਿਹਾ ਉ ਪਰ ਇੱਕ ਟੀਚਰ ਨੇ ਉਹ ਸਾਰੇ ਪਿੰਡ ਦਾ ਜਿਹੜਾ ਸਰੂਪ ਬਦਲਤਾ ਉੱਥੇ ਬੱਚੇ ਵੀ ਡਬਲ ਹੋ ਗਏ ਹੁਣ ਅਗਰ ਅਜੋਕਾਸ਼ ਮੈਨੂੰ ਕਵੇ ਕਿ ਨਹੀਂ ਮਿੰਤਾ ਜੀ ਉੱਥੇ ਭੇਜ ਦੋ ਹਜੇ ਪਹਿਲੇ 2 ਸਾਲ ਆ ਉਹਦੇ ਹੂੰ ਉਸ ਤੋਂ ਬਾਅਦ ਆਪਣਾ ਪ੍ਰੋਸੈਸ ਖੁੱਲ ਜੂਗਾ ਜਿਵੇਂ ਜਿਵੇਂ ਟਰਾਂਸਪੋਰਟ ਜਿਹੜੀ ਪਾਲਿਸੀ ਹੈ ਉਹ ਇਹਦੇ ਚ ਇੱਕ ਅਨਸਰ ਪਾਲਿਸੀ ਚ ਹੈ ਜਿਵੇਂ ਜਿਵੇਂ ਦੀ ਸਰਵਿਸ ਹੋਈ ਜਾਊਗੀ ਉਹ ਆਪਣੇ ਘਰ ਦੇ ਨੇੜੇ ਆਂ ਦਾ ਰਹੋ ਅੱਜ ਜੇ ਅਗਰ ਮੈਂ ਹੁਣ ਭਰਤੀ ਤੋਂ ਸਕੂਲ ਲਈ ਕੀਤਾ ਸੀ ਹੂੰ ਹੁਣ ਉਦੀ ਮੈਨੂੰ ਕੋਈ ਸਿਫਾਰਿਸ਼ ਲੈ ਕੇ ਆ ਜਾਵੇ ਸਹੂਲਤ ਵੇਖਣ ਲੱਗ ਫਿਰ ਉਹ ਉਹ ਪਿੰਡ ਵਾਲੇ ਕਿੱਥੇ ਜਾਣਗੇ ਮੈਂ ਕੁਆਲਿਟੀ ਆਫ ਐਜੂਕੇਸ਼ਨ ਤੇ ਫਿਰ ਇੱਕ ਸਵਾਲ ਕਰਨਾ ਚਾਹਣਾ ਮੈਂ ਮੰਤਰੀ ਸਾਹਿਬ ਮੈਂ ਉਦਾਹਰਨ ਦਿੰਦਾ ਮੇਰੀਆਂ ਦੋ ਬੇਟੀਆਂ ਦੋਨੋਂ ਪ੍ਰਾਈਵੇਟ ਸਕੂਲ ਚ ਪੜਦੀਆਂ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਆਪਣੇ ਵੱਲੋਂ ਮੈਂ ਪੂਰਾ ਤੜਕੇ ਜਲੰਧਰ ਦੇ ਚੰਗੇ ਸਕੂਲ ਚ ਪਾਈਆਂ ਦੋਨਾਂ ਨੂੰ ਮੈਨੂੰ ਟਿਊਸ਼ਨ ਭੇਜਣਾ ਪੈ ਰਿਹਾ ਹੈ ਪ੍ਰਾਈਵੇਟ ਵੀ ਸੁਭਾਵਕ ਹੈ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵੀ ਮੰਤਰੀ ਹੋ ਕੁਆਲਿਟੀ ਆਫ ਐਜੂਕੇਸ਼ਨ ਬੈਂ ਸਾਹਿਬ ਜਦੋਂ ਤੁਸੀਂ ਜਾਂ ਮੈਂ ਪੜਦੇ ਸੀ ਸਾਨੂੰ ਟਿਊਸ਼ਨ ਰੱਖਣ ਦੀ ਲੋੜ ਨਹੀਂ ਪੈਂਦੀ ਸੀ ਅੱਜ ਕੀ ਕਾਰਨ ਹੈ ਕਿ ਜਿਹੜੇ ਸਕੂਲ ਆਪਣੇ ਆਪ ਨੂੰ ਬੜੇ ਧਾਕੜ ਸਕੂਲ ਸਾਦੇ ਆ ਉਹਨਾਂ ਦੇ ਨਿਆਣਿਆਂ ਨੂੰ ਵੀ ਟਿਊਸ਼ਨ ਰੱਖਣੀ ਪੈ ਰਹੀ। ਨਹੀਂ ਮੈਂ ਉਹਦੇ ਵਿੱਚ ਥੋੜੀ ਸਭ ਥੋੜਾ ਜਿਹਾ ਡਿਫਰ ਕਰਦਾ ਹਾਂ। ਉਹਦੇ ਵਿੱਚ ਨਾ এনवायरमेंट ਦੀ ਪ੍ਰੋਬਲਮ ਹੈ। ਪਿਛਲੇ ਜਿਵੇਂ ਹੁਣ ਤੁਸੀਂ ਕਿਹਾ ਉਸ ਸਮੇਂ ਦੇ ਵਿੱਚ ਤੇ ਹੁਣ ਸਮੇਂ 'ਚ ਜਦੋਂ ਸਾਢੇ ਵਾਰੀ ਵੀ ਇੱਕ ਸਿਸਟਮ ਸ਼ੁਰੂ ਹੋ ਗਿਆ ਸੀਗਾ। ਵਿੱਚੋਂ ਜੇ ਹੋ ਗਿਆ। ਟ੍ਰੈਂਡ ਜਾਂ ਸ਼ੁਰੂ ਹੋ ਗਿਆ ਸੀ। ਉਹ ਲਈ ਕੀ ਹੈ ਜੀ? ਬੱਚਿਆਂ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਉਣ ਲੱਗੇ ਆ। ਅਸੀਂ ਇੱਕ ਜਿਹੜਾ ਕਲਚਰ ਬਣਾ ਦਿੱਤਾ ਗਿਆ ਕਿ ਅੱਛਾ ਜੇ ਨਹੀਂ ਪੜੂਗੇ ਕੀ ਹੋਊਗਾ। ਅਸੀਂ ਯਾਨੀ ਜਿਹੜਾ ਤੁਸੀਂ ਕੋਈ ਕਰੀ ਕੋਲਰ ਐਕਟੀਵਿਟੀਜ਼ ਹੈ। ਉਹ ਵੀ ਹੁਣ ਸਿਰਫ ਕੰਪੀਟੀਸ਼ਨ ਬੇਸਡ ਹੋ ਗਈਆਂ ਉਹ ਬਸ ਉਹ ਬੱਚੇ ਦੀ ਨਿਖਾਰਤਾ ਨਹੀਂ ਲੈ ਕੇ ਆਉਂਦੇ ਹੂੰ ਉਹ ਬਸ ਬੱਚਿਆਂ ਨੂੰ ਆਪਾਂ ਮਸ਼ੀਨ ਬਣਾਈ ਜਾ ਰਹੇ ਹਾਂ ਹਾਂ ਬੁੱਕਵਾਰਮਸ ਬਣਾ ਰਹੇ ਹਾਂ ਅਸੀਂ ਇਹਨਾਂ ਨੂੰ ਬੁੱਕਵਾਰਮਸ ਬਣਾ ਰਹੇ ਹਾਂ ਇਸਨੂੰ ਮਸ਼ੀਨ ਬਣਾ ਰਹੇ ਹਾਂ ਆਚਾ ਕਰ ਲੋਆ ਕਰ ਲੋਆ ਕਰ ਲੋਆ ਕਰ ਲੋਆ ਕਰ ਲੋ ਤਾਂ ਉਹਦੇ ਕਰਕੇ ਕਸੂਰ ਹੈ ਉਹਦੇ ਪ੍ਰੈਸ਼ਰ ਦੇ ਵਿੱਚ ਮਾਰ ਹੁਣ ਜਿਵੇਂ ਮਾਰਕਿੰਗ ਸਿਸਟਮ ਹੈ ਤੁਸੀਂ ਇਹ ਸੋਚੋ ਬੱਚਾ ਸਾਰਾ ਸਾਲ ਪੜਦਾ ਠੀਕ ਹੈ ਨਾ ਜੀ 365 ਦਿਨ ਤਕਰੀਬਨ 220 ਦਿਨ ਸਕੂਲ ਲੱਗਦਾ 220 ਦਿਨ ਦੇ ਘੰਟਿਆਂ ਨੂੰ ਕੈਲਕੂਲੇਟ ਕਰ ਲੋ ਉਸ ਵਕਤ ਘਰੇ ਪੜਦਾ ਹੋਊਗਾ ਉਸ ਆਮ ਕਿਸੇ ਕੋਈ ਟੀਵੀ ਦੇ ਵਿੱਚ ਕੋਈ ਕੰਮ ਦੀ ਗੱਲ ਸਿੱਖਦਾ ਹੋਊਗਾ ਕਿਤੇ ਹੋਰ ਉਹਦਾ ਜਿਹੜਾ ਆਪਾਂ ਟੈਸਟ ਲੈਂਦੇ ਆ ਉਹ 3 ਘੰਟਿਆਂ ਚ ਉਹਨੂੰ ਆਪਾਂ ਦੀ ਜ਼ਿੰਦਗੀ ਦਾ ਉਹਦੇ ਸਾਲ ਦਾ ਫੈਸਲਾ ਇਹ ਇਹ ਵੀ ਤਾਂ ਮਾੜੀ ਗੱਲ ਹੈ ਨਾ ਅਸੀਂ ਇੰਤੋਂ ਵੀ ਚਾਹੁੰਦੇ ਆ ਇਨ ਲੌਂਗ ਟਰਮ ਤੁਸੀਂ ਕਹੋਗੇ ਅਗਲੇ ਸਾਲ ਨਹੀਂ ਪਰ ਇਨ ਨੈਕਸਟ 2 3 ইয়ারਸ ਬਾਹਰ ਇਦਾਂ ਨਹੀਂ ਹੁੰਦਾ ਬਾਹਰ ਹਰ 2 4 ਮਹੀਨੇ ਬਾਅਦ ਕੋਈ ਟੈਸਟ ਹੋਗੀ ਕਿਰੇ ਜਿਵੇਂ ਕਿ ਤੁਸੀਂ